ਧਰਮਾਂ ਬੰਦਾ ਯੋ ਕਾਫਿਰ ਦੇ ਯੋ ਮੁਸ਼ਰਿਕ ਤੇ ਯੋ ਬੁੱਤ ਪਰਸਤ ਤੇ ਬੁੱਤ ਟਟੂ ਲਸ਼ਪ ਪ ਜੜਾ ਦੇ ਪਚੋ ਦੇ ਯਾ ਸਨਮ ਯਾ ਸਨਮ ਯਾ ਸਨਮ ਸਨਮ ਪਰ ਬਾਈ ਕੀ ਬੁੱਤ ਤਵਈ ਵਦਮਾ ਸਨਮਾ ਵਦਮਾ ਖੁਦਾਇਆ ਵਦਮਾ ਖੁਦਾਇਆ ਆਵਾਜ਼ ਨਾ ਵਤਾ ਕਈ ਆਵਲ ਜਵਾਬ ਨਵਰ ਕਈ ਦਕਾ ਖੂ ਬੁੱਤ ਤੇ ਕਨਾ ਖੂ ਗਟ ਦ ਕਨਾ ਖੂ ਚਾਂਦ ਜਵਾਬ ਨਸ਼ੀ ਵਰ ਕੋਲੇ ਪਿਸ਼ਮਨੀ ਪੂਰੀ ਆਵਾਜ਼ ਨਾ ਉਕੜਨ ਜਵਾਬ ਵਰ ਨ ਕੋ ਚ ਪਿਸ਼ਮਨੇ ਸ਼ੋ ਨ ਦਬਾਨ ਖੂਬ ਗਲਬ ਉਕੜਾ ਆਵ ਦਾਸ ਜ਼ਾਂਗੀ ਪ੍ਰੋ ਨਾਸਤੇ ਆਵ ਜ਼ਾਂਗੀ ਸਰ ਖੁਦੈ ਜੁਟੀ ਵਈ ਯੋ ਪਾਗੀ ਕੇ ਮਵਾਜ਼ ਕੈ ਯਾ ਸਨਮ ਓ ਸਨਮਾ ਆਗ ਜੁਠੂ ਕੀ ਛਿਦੇ ਬੀ ਤੂਰੀ ਸ਼ੋ ਔ ਬੀ ਸੁਰ ਸ਼ੋ ਨੁ ਦੁਖਲੀ ਨੇ ਯਾ ਸਨਮ ਪਦੈ ਬਾਨੀ ਵਤਲ ਯਾ ਸਮਦ ਯਾ ਸਮਦ ਨੁ ਚ ਸੰਗੇ ਵੀ ਯਾ ਸਮਦ ਨੁ ਅੱਲਾ ਪਾਕ ਵਲ ਆਵਾਜ਼ ਵਰ ਕ ਲੱਭਈ ਕ ਯਾ ਗਬਦੀ ਮਾ ਬੰਦਾ ਹਾਜ਼ਰੀ ਅਮੂਲੀ ਸਗਵਾੜੀ ਪਰਿਸ਼ਤੀ ਹੋ ਤੋਈ ਅੱਲਾ ਤੁਖ ਆਲਿਮ ਤਾ ਤਖ ਪਤ ਦਾ ਸਿਦਾ ਦੁੱਧ ਕਸਤ ਨ ਦੀ ਵੇਲੀ ਚੀ ਆ ਸਮਦ ਦਾ ਦੇ ਦ ਖੂਬ ਦੇ ਪ ਜੁਟਾ ਕੇ ਦਨ ਦੁਖਲੇ ਨੇ ਉਤ ਜੀ ਆ ਸਮਦ ਦਖ ਯਾ ਸਨਮ ਵੀ ਅੱਲਾ ਪਾਕ ਉਤ ਹੀ ਸਨਮ ਖੋਲ ਆਵਾਜ਼ ਵਰ ਨਕ ਕਨਾ ਟੂ ਲਸ਼ਪੇ ਉਤ ਚਿਲ ਵਾਲੇ ਨਾ ਖੋਲ ਜਵਾਬ ਵਰ ਨਕ ਨੁ ਜ਼ਮਾ ਖੂ ਬੰਦਾ ਦੇ ਨੁ ਚੇ ਜ਼ਮਾ ਨੁ ਮੇ ਵਾਗਸਤ ਨੁ ਚੇ ਜ਼ਮ ਵਾਲਾ ਆਵਾਜ਼ ਵਰ ਨਕ ਨੁ ਦਾ ਜਜ਼ਬ ਚਰਤ ਜ਼ੀ ਨੁ ਮੁਹਤਰਮ ਅੱਲਾ ਜ਼ੁਲ ਜਲਾਲ ਦੇਰ ਨੁ ਰਹੀਮ ਕਰੀਮ ਦੇ ਖਰੂਗ ਵ ਸਰ ਪ੍ਰਕਾਰ ਦਾ ਅੱਲਾ ਕੁਰਾਨ ਕੇ ਫਰਮਾਈ ਆਇਨ ਤਜ਼ਹਬੂਨ ਤਾ ਸੁ ਚਤ ਜ਼ਈ ਤ ਕਮ ਪਲ ਜ਼ੀ ਯਾ ਅਯੁਹਲ ਇਨਸਾਨ ਮਾ ਗਰਕ ਬਿ ਰੱਬਿਕਲ ਕਰੀਮ ਵ ਇਨਸਾਨਾ ਤ ਪਖਪਲ ਕਰੀਮ ਮਿਹਰਬਾਨ ਰੱਬ ਬਾਨ ਸਸ਼ੀ ਗੜ ਵਟ ਕੜੇ ਦੋਕਸ਼ ਵੇ ਉਲੀ ਦਖਪਲ ਅੱਲਾ ਉਹ ਨ ਪੇਜੰਦ ਉਲੀ ਦਖਪਲ ਮਿਹਰਬਾਨ ਰੱਬ ਉਹ ਖਪਲ ਪੇਰਬਾਨ ਜ਼ਾਤ ਉਹ ਨ ਪੇਜੰਦ ਅੱਲਾ ਦੇ ਜ਼ਮੀਨ ਰਸਤਾ ਉਸਤਾਦ ਨੇ ਕਹਿ ਤੋਫੀਕ ਰਾ ਕੀ ਖੁਦਾਈ ਦਰਾਤਾ ਪਦੀਨ ਬਾਨ ਜਾਨ ਔ ਦਮਾਲ ਦ ਕੁਰਬਾਨੋ ਤੋਫੀਕ ਰਾ ਕੀ ਔ ਅੱਲਾ ਜ਼ੁਲ ਜਲਾਲ ਦੇ ਜ਼ਮੀਨ ਦਾਰਾਤੁਨ ਕੇ ਨਸਲ ਦੀਦਾ ਬਚੀ ਦੀਨਦਾਰਾਨ ਸਾਲਿਹਾਨ ਦ ਕੁਰਾਨ ਔ ਦ ਹਦੀਸ ਖਾਦਿਮਾਨ ਜੋੜ ਕੀ ਅੱਲਾ ਤਾਲਾ ਦੇ ਟੋਲ ਦਾ ਪਜਮਾ ਕੀ ਜਸੂਰ ਸ਼ਰੀਕ ਤੀ ਰੱਬੁਲ ਆਲਮੀਨ ਦੇ ਟੋਲ